ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਦਿਖਾਉਣਾ ਵੀ ਅੰਨੇ ਲੋਕ ਕਿਵੇਂ ਤੰਗ ਹੁੰਦੇ ਆ ਜਦੋਂ ਦਰੱਖਤਾਂ ਦੇ ਤਾਣੀਆਂ ਵੱਧ ਜਾਂਦੇ ਨੇ ਸਪੈਸ਼ਲੀ ਹੈ ਨਾ ਗਰਮੀ ਮਹੀਨਿਆਂ ਦੇ ਵਿੱਚ ਅਤੇ ਕਾਫੀ ਪ੍ਰੋਬਲਮ ਪੈ ਜਾਂਦੀ ਅਤੇ ਸਾਡੀ ਕੌਨਫੀਡੈਂਸ ਚਲੀ ਜਾਂਦੀ ਆ ਆਪ ਬਾਹਰ ਨਿਕਲਣ ਨੂੰ ਮੈਂ ਪਾਰਕ ਤੁਰੀ ਜਾਂਦੀ ਸੀ ਅਤੇ ਆਹ ਤਾਣੀ ਮੇਰੇ ਇੱਕਦਮ ਮੂੰਹ 'ਤੇ ਵੱਜੀ ਅਤੇ ਇਹ ਮੇਰੇ ਅੱਖ ਦੇ ਵਿੱਚ ਭੱਜ ਸਕਦੀ ਸੀ ਅਤੇ ਜੇ ਮੇਰੇ ਐਂਕਾ ਲਾ ਦਿੰਦੀ ਅਤੇ ਜੇ ਅਸੀਂ ਦੋ ਜਾਣੇ ਤੁਰਦੇ ਹੁੰਦੇ ਤਾਂ ਸਾਨੂੰ ਦੋਵਿਆਂ ਨੂੰ ਰੋਡ ਦੇ ਉੱਤੇ ਜਾਣਾ ਪੈਣਾ ਸੀ ਅਤੇ ਉਹ ਉਸ ਤੋਂ ਵੀ ਡੇਂਜਰਸ ਆ ਅਤੇ ਇਹਦਾ ਇੱਕ ਤਰੀਕਾ ਲੰਘ ਲਓ ਅਤੇ ਉਹ ਆ ਫਿਰ ਜਮ੍ਹਾਂ ਠੇਕਾ ਜਾਣਾ ਪੈਂਦਾ ਬਹੁਤ ਔਖਾ ਲੱਗ ਜਾਂਦਾ ਕੱਲ੍ਹ ਨੂੰ ਅਤੇ ਬੇਨਤੀ ਇਹ ਆ ਵੀ ਪਲੀਜ਼ ਜੇ ਤੁਹਾਡੇ ਗਾਰਡਨ ਦੇ ਵਿੱਚ ਕੋਈ ਟਾਹਣੀ ਆ ਜਿਹੜੀ ਇਹਦਾ ਵਧੀ ਆ ਵੀ ਪਲੀਜ਼ ਉਹਨੂੰ ਕੱਟ ਲਓ ਅਤੇ ਬਲਾਇੰਡ ਪੀਪਲ ਦੀ ਰਾਹ ਨੂੰ ਸਾਫ਼ ਰੱਖੀਏ ਥੈਂਕ ਯੂ